ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਔਰ ਇਸ ਲਿਸਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੇਹੱਦ ਕਰੀਬੀ ਤੇ ਸਭ ਤੋਂ ਚੰਗੇ ਦੋਸਤ ਮੰਨੇ ਜਾਂਦੇ ਕਰਮਜੀਤ ਅਨਮੋਲ, ਉਹਨਾਂ ਨੂੰ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਕਰਮਜੀਤ ਅਨਮੋਲ ਜਿਹੜੇ ਨੇ ਉਹ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰੇ ਨੇ। ਉਹ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਨੇ, ਇਸ ਤੋਂ ਇਲਾਵਾ ਖੁੱਡੀਆ ਬਠਿੰਡਾ ਤੋਂ ਨੇ। ਤਾਂ ਕਰਮਜੀਤ ਅਨਮੋਲ ਹੋਰਾਂ ਨਾਲ ਟਿਕਟ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ। ਅਨਮੋਲ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ, ਫਰੀਦਕੋਟ ਤੋਂ ਤੁਹਾਨੂੰ ਟਿਕਟ ਜਿਹੜੀ ਹੈ ਉਹ ਪਾਰਟੀ ਨੇ ਦਿੱਤੀ ਹੈ। ਹਾਂਜੀ, ਹੈਲੋ। ਹਾਂਜੀ, ਕੀ ਕਹਿਣਾ ਚਾਹੋਗੇ? ਨਿਊਜ਼ 18 ਤੇ ਲਾਈਵ ਜੁੜੇ ਹੋਏ ਹੋ ਤੁਸੀਂ? ਹਾਂਜੀ, ਬਸ ਪਾਰਟੀ ਨੇ ਜ਼ਿੰਮੇਵਾਰੀ ਲਈ ਹੈ, ਸਾਡੇ ਭਰਾ ਮਾਨ ਸਾਹਿਬ ਨੇ ਜੀ, ਸੋ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪੂਰੀ, ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਨਾਮ ਹੈ। ਤੁਹਾਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਵੋਟਾਂ ਮੰਗਣੀਆਂ ਤੁਹਾਡੇ ਲਈ ਆਸਾਨ ਹੋਣਗੀਆਂ? ਦੇਖੋ ਜੀ, ਜਦੋਂ ਕੁਝ ਕਰਨ ਦਾ ਇਰਾਦਾ ਹੋਵੇ ਤਾਂ ਸਭ ਕੁਝ ਮਤਲਬ ਵਧੀਆ ਹੋ ਜਾਂਦਾ। ਕੋਸ਼ਿਸ਼ ਕਰਾਂਗੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦੀ। ਔਰ ਫਰੀਦਕੋਟ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਪਹਿਲਾਂ ਸੰਗਰੂਰ 'ਚ ਤੁਹਾਡਾ ਨਾਮ ਚੱਲ ਰਿਹਾ ਸੀ, ਮੀਥ ਹੇਅਰ? ਹਾਂਜੀ, ਪਰ ਮੈਨੂੰ ਬੜਾ ਲੱਗਦਾ ਸੀ ਕਿ ਮੈਂ ਆਪਣੇ ਇਲਾਕੇ ਦੇ ਵਿੱਚੋਂ ਹੀ ਲੜਾਂ, ਪਰ ਪਾਰਟੀ ਨੇ ਕੁਛ ਹੋਰ ਸੋਚਿਆ ਸੀ। ਪਰ ਮੈਂ ਉਸ ਕਿਸਮ ਦਾ ਕਿ ਬਾਬੇ ਫਰੀਦ ਦੀ ਧਰਤੀ ਦੇ ਉੱਤੇ ਜਾ ਰਿਹਾ ਮੈਂ, ਤੇ ਉੱਥੋਂ ਪਰਮਾਤਮਾ ਮੇਰ ਕਰਨਗੇ ਜ਼ਰੂਰ। ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋਈ, ਉਹਨਾਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਕਿ ਤੁਸੀਂ ਫਰੀਦਕੋਟ ਤੋਂ ਲੜ ਰਹੇ ਹੋ, ਕਿਉਂਕਿ ਤੁਸੀਂ ਉਹਨਾਂ ਦੇ ਬੇਹੱਦ ਜਿਗਰੀ ਦੋਸਤ। ਹਾਂਜੀ 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 ਕੀ ਕਹਿਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ? ਉਹਨਾਂ ਨੇ ਕਿਹਾ ਸੀ ਕਿ ਮਤਲਬ ਤੁਹਾਨੂੰ ਫਰੀਦਕੋਟ ਭੇਜ ਰਹੇ ਹਾਂ, ਬਸ ਤਿਆਰੀਆਂ ਕੀਤੀਆਂ ਜੀ। ਦੂਸਰਾ ਇਹ ਵੀ ਹੈ, ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨਾ ਔਰ ਸਿਆਸਤ ਦੇ ਵਿੱਚ ਆਉਣਾ ਦੋਵੇਂ ਵੱਖੋ ਵੱਖ ਪਹਿਲੂ ਨੇ। ਤੁਸੀਂ ਜਦੋਂ ਭਗਵੰਤ ਮਾਨ ਹੋਰਾਂ ਦੇ ਨਾਲ ਸ਼ੋਅ ਕਰਦੇ ਸੀਗੇ, ਜਦੋਂ ਕਈ ਸਾਰੇ ਤੰਜ ਵੀ ਵਿਅੰਜ ਵੀ ਜਿਹੜੇ ਉਹ ਕੱਸੇ ਜਾਂਦੇ ਸੀਗੇ ਤੁਹਾਡੇ ਵੱਲੋਂ, ਔਰ ਹੁਣ ਜਦੋਂ ਸਿਆਸਤ ਦੇ ਵਿੱਚ ਤੁਹਾਡੀ ਐਂਟਰੀ ਹੋਈ ਹੈ, ਕਿੰਨਾ ਕੁ ਫਰਕ ਦੇਖਦੇ ਹੋ, ਕਿੰਨੇ ਕੁ ਚੈਲੰਜ ਜਿਹੜੇ ਹੈ ਆਪਣੇ ਆਪ ਨੂੰ ਮੰਨਦੇ ਹੋ? ਚੈਲੰਜ ਤਾਂ ਬਹੁਤ ਨੇ ਜੀ, ਕੋਸ਼ਿਸ਼ ਕਰਾਂਗੇ ਕਿ ਜੋ ਅਸੀਂ ਤੰਜ ਕਰਦੇ ਸੀ ਸਾਡੇ ਤੇ ਨਾ ਕਰਦੇ ਜਾਣ, ਅਸੀਂ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰੀ। ਦੂਸਰਾ ਵੀ ਹੈ ਕਿ ਅਮੂਮਨ ਇਹ ਵੀ ਕਿਹਾ ਜਾਂਦਾ, ਕਹਿੰਦੇ ਜਿਹੜੇ ਫਿਲਮ ਇੰਡਸਟਰੀ ਨਾਲ ਜੁੜੇ ਹੁੰਦੇ ਲੋਕ ਨੇ ਉਹ ਆਮ ਲੋਕਾਂ ਨਾਲ ਕਿਵੇਂ ਵਿਚਰਨਗੇ? ਬਹੁਤ ਸਾਰੇ ਸਵਾਲ ਜਿਹੜੇ ਇਸ ਗੱਲ ਨੂੰ ਲੈ ਕੇ ਰਹਿੰਦੇ ਨੇ। ਆਮ ਲੋਕਾਂ ਦੇ ਬਣਾਏ ਹੋਏ ਆ, ਜੇ ਆਮ ਲੋਕਾਂ ਨੇ ਸਾਨੂੰ ਆਪਣੇ ਅੱਖਾਂ ਤੇ ਬਿਠਾਇਆ ਤਾਂ ਉਹਨਾਂ ਦੇ ਲਈ ਕੁਛ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਉਹਨਾਂ ਲਈ ਕਰਾਂਗੇ ਜੀ ਸਾਰਾ ਕੁਛ। ਕਿਉਂਕਿ ਬਾਬਾ ਫਰੀਦ ਦੀ ਧਰਤੀ ਦਾ ਤੁਸੀਂ ਜ਼ਿਕਰ ਕੀਤਾ, ਉੱਥੋਂ ਤੁਸੀਂ ਹੁਣ ਇਲੈਕਸ਼ਨ ਲੜ ਰਹੇ ਹੋ, ਵੋਟ ਮੰਗਣ ਜਾਓਗੇ ਤਾਂ ਕੀ ਤੁਹਾਡਾ ਹੋਏਗਾ ਕਿ ਬਾਬਾ ਫਰੀਦ ਦੀ ਧਰਤੀ ਦੇ ਲਈ ਕੀ ਕੁਛ ਕਰੋਗੇ ਜੇਕਰ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾਂਦਾ? ਦੇਖੋ ਜੀ, ਅਜੇ ਕਿਉਂਕਿ ਮੈਨੂੰ ਅਚਾਨਕ ਹੀ ਇਹ ਸਾਰਾ ਕੁਛ ਲੱਗਿਆ, ਦੇਖਾਂਗੇ ਉੱਥੋਂ ਦੀਆਂ ਕੀ ਕੀ ਸਮੱਸਿਆਵਾਂ ਨੇ, ਕੀ ਕੀ ਉੱਥੇ ਚਾਹੀਦਾ, ਜੋ ਵੀ ਫਰੀਦਕੋਟ ਦੇ ਇਲਾਕੇ ਦੀਆਂ ਲੋੜਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਧੰਨਵਾਦ ਨਿਊਜ਼ 18 ਨਾਲ ਗੱਲਬਾਤ ਕਰਨ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਕਰਮਜੀਤ ਅਨਮੋਲ, ਟਿਕਟ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ